ਸਤਿ ਸ਼੍ਰੀ ਅਕਾਲ ਜੀ, ਸਵਾਗਤ ਕਰਦੇ ਹਾਂ ਸਾਰੇ ਦਰਸ਼ਕਾਂ ਦਾ ਜੋ ਇਸ ਟੀਵੀ ਚੈਨਲ ਰਾਹੀਂ ਸਾਨੂੰ ਦੇਖ ਰਹੇ ਨੇ। ਕੋਸ਼ਿਸ਼ ਕਰਦੇ ਹਾਂ ਹਰ ਰੋਜ਼ ਇੱਕ ਐਜੂਕੇਸ਼ਨ ਕੰਸਲਟੈਂਟ ਨੂੰ ਵੀਜ਼ਾ ਐਕਸਪਰਟ ਨੂੰ ਤੁਹਾਡੇ ਰੂਬਰੂ ਕਰਵਾਈਏ, ਮੁਖਾਤਿਬ ਕਰਵਾਈਏ। ਸੋ ਅੱਜ ਇੱਕ ਵਾਰ ਫਿਰ ਤੋਂ ਸਾਡਾ ਹਾਜ਼ਰ ਨੇ ਦਿਵੇਸ਼ ਖੰਨਾ ਜੀ। ਸੋ ਦਿਵੇਸ਼ ਜੀ ਦੀ ਗੱਲ ਕਰ ਲਈਏ ਤਾਂ ਫਿਊਚਰ ਓਵਰਸੀਜ਼ ਐਜੂਕੇਸ਼ਨ ਲੁਧਿਆਣਾ ਤੋਂ ਬਿਲੋਂਗ ਕਰਦੇ ਨੇ ਔਰ ਵੱਡੀ ਤਾਦਾਦ ਦੇ ਵਿੱਚ ਵਿਦਿਆਰਥੀਆਂ ਨੂੰ ਜਿਹੜਾ ਉਹ ਸਟੱਡੀ ਵੀਜ਼ਾ 'ਤੇ ਜਾਂ ਫਿਰ ਸਪਾਊਸ ਕੇਸ ਲਗਵਾ ਕੇ ਕੈਨੇਡਾ ਭੇਜ ਚੁੱਕੇ ਨੇ। ਸੋ ਸਵਾਗਤ ਕਰਾਂਗੇ, ਉਸ ਤੋਂ ਬਾਅਦ ਗੱਲਬਾਤ ਕਰਾਂਗੇ ਅੱਜ ਉਹਨਾਂ ਵਿਦਿਆਰਥੀਆਂ ਬਾਰੇ ਜਿਹੜੇ ਸਪਾਊਸ ਵੀਜ਼ਾ ਦੇ ਜਾਂ ਜਿਹੜੇ ਡਿਪੈਂਡੈਂਟ ਨੇ ਉਹ ਕੈਨੇਡਾ ਵਿੱਚ ਜਾਣਾ ਚਾਹੁੰਦੇ ਨੇ, ਕੀ ਸ਼ਰਤਾਂ ਰਹਿਣਗੀਆਂ, ਕਿੰਨੀ ਕੁ ਪੋਸੀਬਿਲਿਟੀ ਹੈ, ਕਿੰਨਾ ਕੁ ਖਰਚਾ ਹੋ ਜਾਂਦਾ ਹੈ ਔਰ ਐਕਚੁਅਲ ਦੇ ਵਿੱਚ ਕੀ ਵੀਜ਼ੇ ਲੱਗਦੇ ਆ ਜਾਂ ਸਿਰ ਇੱਕ ਅਫਵਾਹ ਹੈ। ਸਵਾਗਤ ਕਰਦੇ ਹਾਂ ਦਿਵੇਸ਼ ਖੰਨਾ ਜੀ ਦਾ। ਦਿਵੇਸ਼ ਜੀ, ਬਹੁਤ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਜੀ, ਸੋ ਦਿਵੇਸ਼ ਜੀ, ਅੱਜ ਆਪਣੇ ਜਿਹੜਾ ਸ਼ੋਅ ਖਾਸ ਤੌਰ 'ਤੇ ਆਪਾਂ ਸਮਰਪਿਤ ਕਰਾਂਗੇ ਸਪਾਊਸ ਕੇਸ ਨੂੰ ਕਰਾਂਗੇ। ਸੋ ਕੈਨੇਡਾ ਦੇ ਵਿੱਚ ਜੋ ਆਪਾਂ ਆਫ ਦੀ ਰਿਕਾਰਡ ਕਰ ਰਹੇ ਸੀ ਗੱਲ ਕਿ ਕੈਨੇਡਾ ਦੇ ਵਿੱਚ ਡਿਪੈਂਡੈਂਟ ਜਿਹੜਾ ਹੈ ਉਹ ਜਾ ਸਕਦਾ। ਸੋ ਦੋ ਤਰ੍ਹਾਂ ਦੇ ਸਪਾਊਸ ਕੇਸ ਹੁੰਦੇ ਨੇ ਕੈਨੇਡਾ ਦੇ ਵਿੱਚ। ਇੱਕ ਤਾਂ ਜਦੋਂ ਹਸਬੈਂਡ ਵਾਈਫ ਨੂੰ ਇਕੱਠੇ ਤੋਂ ਵੀਜ਼ਾ ਲੱਗਦਾ, ਦੋਨੋਂ ਇਕੱਠੇ ਜਾਂਦੇ ਨੇ, ਬਹੁਤ ਸਾਰੇ ਕੰਸਲਟੈਂਟ ਇਸ ਚੀਜ਼ ਨੂੰ ਡਿਨਾਈ ਕਰਦੇ ਨੇ ਕਿ ਵੀਜ਼ਾ ਨਹੀਂ ਲੱਗਦੇ। ਦੂਸਰਾ, ਇੱਕ ਵਿਦਿਆਰਥੀ ਉੱਥੇ ਜਾ ਕੇ ਆਲਰੇਡੀ ਪੜ੍ਹ ਰਿਹਾ, ਚਾਹੇ ਉਹ ਲੜਕਾ ਹੈ ਚਾਹੇ ਲੜਕੀ ਹੈ, ਵਿਆਹ ਤੋਂ ਬਾਅਦ ਉੱਥੇ ਗਿਆ ਸੀ ਬਟ ਹੁਣ ਆਪਣੇ ਜਿਹੜੇ ਸਪਾਊਸ ਨੂੰ ਇੱਥੋਂ ਪੰਜਾਬ ਤੋਂ ਬੁਲਾਉਣਾ ਚਾਹੁੰਦਾ ਹੈ। ਸੋ ਕਿਸ ਤਰ੍ਹਾਂ ਦੇ ਵੀਜ਼ਾ ਡੀਲ ਕਰਦੇ ਹੋ ਜਿਹੜੇ ਇਕੱਠੇ ਹਸਬੈਂਡ ਵਾਈਫ ਜਾਣਗੇ ਜਾਂ ਸਟੱਡੀ ਕਰਨ ਤੋਂ ਬਾਅਦ ਆਪਣੇ ਜਿਹੜੇ ਡਿਪੈਂਡੈਂਟ ਨੂੰ ਇੱਥੋਂ ਬੁਲਾਉਂਦੇ ਨੇ? ਦੇਖੋ ਜੀ, ਕਿ ਕੈਨੇਡਾ ਵੱਲੋਂ ਆਪਣਾ ਕਾਫੀ ਵੀਜ਼ਾ ਖੁੱਲ੍ਹੇ ਹੋਏ ਨੇ ਅਤੇ ਬੱਚੇ ਜਿਹੜੇ ਕਿ ਆਪਣਾ ਜਿਹੜੀ ਲੜਕੀਆਂ ਨੇ ਸਪੈਸ਼ਲੀ ਇੱਥੋਂ ਇੰਡੀਆ ਤੋਂ ਮੈਰਿਜ ਕਰਵਾ ਕੇ ਚਲੇ ਜਾਂਦੀਆਂ ਨੇ ਅਤੇ ਬਾਅਦ 'ਚੋਂ ਉਹਨਾਂ ਦੇ ਸਪਾਊਸ ਨੂੰ ਉੱਥੇ ਬੁਲਾਉਣਾ ਹੁੰਦਾ। ਦੋ ਤਰੀਕੇ ਨੇ ਜੀ ਇਹਦੇ ਵਿੱਚ ਆਪਣਾ ਜਾਣ ਦੇ ਲਈ, ਜੋ ਕਿ ਪਹਿਲਾ ਤਰੀਕਾ ਹੈ ਵਿਜ਼ਟਰ ਵੀਜ਼ਾ, ਜੋ ਕਿ ਸਾਰਿਆਂ ਨੂੰ ਪਤਾ ਕਿ ਵਿਜ਼ਟਰ ਵੀਜ਼ਾ 'ਤੇ ਜੋ ਸਟੂਡੈਂਟ ਸਪਾਊਸ ਡਿਪੈਂਡੈਂਟ ਜਿਹੜਾ ਹੈ ਚਲੇ ਜਾਂਦਾ, ਬਟ ਵਿਜ਼ਟਰ ਵੀਜ਼ਾ ਦੀ ਕੰਡੀਸ਼ਨਸ ਬਹੁਤ ਜ਼ਿਆਦਾ ਟਫ ਨੇ ਕੈਨੇਡਾ ਵੱਲੋਂ, ਜਿਹਦੇ ਕਰਕੇ ਯੰਗ ਏਜ ਦੇ ਵਿੱਚ ਇੱਕ ਸਪਾਊਸ ਦਾ ਵੀਜ਼ਾ ਰਿਜੈਕਟ ਹੋ ਜਾਂਦਾ। ਇਸ ਕਰਕੇ ਕੈਨੇਡਾ ਵੱਲੋਂ ਇੱਕ ਹੋਰ ਵੀ ਵੀਜ਼ਾ ਦੀ ਜਿਹੜੀ ਫੈਸਿਲਿਟੀ ਅਵੇਲੇਬਲ ਆ, ਜਿਹਨੂੰ ਆਪਾਂ ਕਹਿੰਦੇ ਹਾਂ ਓਪਨ ਵਰਕ ਪਰਮਿਟ ਫੋਰ ਸਪਾਊਸ ਫੋਰ ਇੰਟਰਨੈਸ਼ਨਲ ਸਟੂਡੈਂਟਸ, ਜਿਹੜੇ ਆਪਣਾ ਲੜਕੀਆਂ ਜਾਂ ਲੜਕੇ ਉੱਥੇ ਪੜ੍ਹ ਰਹੇ ਨੇ, ਆਪਣੇ ਸਪਾਊਸ ਨੂੰ 6 ਮਹੀਨੇ ਤੋਂ ਬਾਅਦ, ਯਾਨੀ ਪਹਿਲੇ ਸਮੈਸਟਰ ਦੀ ਸਟੱਡੀ ਤੋਂ ਬਾਅਦ ਬੁਲਾਉਣਾ ਚਾਹੁੰਦੇ ਨੇ ਅਤੇ ਉਹ ਬੁਲਾ ਸਕਦੇ ਨੇ। ਅਤੇ 6 ਮਹੀਨੇ ਤੋਂ ਬਾਅਦ ਜਦੋਂ ਉਹਨਾਂ ਦਾ ਪਹਿਲਾ ਸਮੈਸਟਰ ਖਤਮ ਹੋ ਜਾਂਦਾ, ਫਿਰ ਉਸ ਤੋਂ ਬਾਅਦ ਉਹ ਆਪਣਾ ਕੇਸ ਆਪਣੇ ਸਪਾਊਸ ਦਾ ਨਾਲ ਲਗਵਾ ਸਕਦੇ ਨੇ, ਜਿਹਦੇ ਲਈ ਉਹਨਾਂ ਨੂੰ ਕੁਛ ਡਾਕੂਮੈਂਟਸ ਆਪਣਾ ਦਿਖਾਉਣੇ ਪੈਣਗੇ, ਕੁਛ ਪ੍ਰੈਜੈਂਟੇਸ਼ਨ ਆਪਣਾ ਅੱਛੇ ਤਰੀਕੇ ਨਾਲ ਕਰਨੀ ਪਊਗੀ ਵੀਜ਼ਾ ਐਪਲੀਕੇਸ਼ਨ ਦੇ ਵਿੱਚ, ਅਤੇ ਡਾਇਰੈਕਟਲੀ ਉਹ ਓਪਨ ਵਰਕ ਪਰਮਿਟ ਦੇ ਲਈ ਅਪਲਾਈ ਕਰ ਸਕਦੇ ਨੇ ਇੰਡੀਆ ਤੋਂ ਜੀ, ਜਿਹਦੇ ਲਈ ਅੰਬੈਸੀ ਵੀਜ਼ਾ ਦੇ ਰਹੀ ਹੈ। ਹਾਂਜੀ ਜੀ। ਸੋ ਇੱਕ ਮੇਨ ਐਪਲੀਕੈਂਟ ਆਪਾਂ ਮੰਨਦੇ ਹਾਂ ਕਿ ਇੱਕ ਲੜਕੀ ਕੈਨੇਡਾ ਵਿੱਚ ਪੜ੍ਹ ਰਹੀ ਹੈ, ਆਲਰੇਡੀ ਮੈਰਿਡ ਸੀ, ਕੈਨੇਡਾ ਦਾ ਵੀਜ਼ਾ ਲੱਗਿਆ ਲੜਕੀ ਜਾਂਦੀ, 6 ਮਹੀਨੇ ਬਾਅਦ ਆਪਣੇ ਸਪਾਊਸ ਨੂੰ ਯਾਨੀ ਆਪਣੇ ਹਸਬੈਂਡ ਨੂੰ ਉੱਥੋਂ ਬੁਲਾਉਣਾ ਚਾਹੁੰਦੀ ਹੈ। ਬਿਲਕੁਲ। ਸੋ ਕੀ ਹਸਬੈਂਡ ਦੀ ਕੁਆਲੀਫਿਕੇਸ਼ਨ ਮੈਟਰ ਕਰੇਗੀ? ਦੇਖੋ, ਸਪਾਊਸ ਵੀਜ਼ਾ ਦੇ ਲਈ ਜਿਹੜਾ ਹੈ ਹਸਬੈਂਡ ਦੀ ਕੁਆਲੀਫਿਕੇਸ਼ਨ ਜਿਹੜੀ ਹੈ 10th ਵੀ ਹੋ ਸਕਦੀ ਹੈ, 12th ਵੀ ਹੋ ਸਕਦੀ ਹੈ ਔਰ ਬੈਚਲਰ ਡਿਗਰੀ ਵੀ ਹੋ ਸਕਦੀ ਹੈ, ਬਟ ਜਿਹੜੀ ਕੁਆਲੀਫਿਕੇਸ਼ਨ ਹੈ ਉਹ ਇੰਨੀ ਜ਼ਿਆਦਾ ਮੈਟਰ ਨਹੀਂ ਕਰਦੀ। ਇਹਦੇ 'ਚ ਮੈਰਿਜ ਬਹੁਤ ਆਪਣਾ ਮੈਟਰ ਕਰਦੀ ਹੈ ਕਿ ਮੈਰਿਜ ਜਿਹੜਾ ਹੋਇਆ ਤੁਹਾਡਾ ਉਹ ਬਿਲਕੁਲ ਪ੍ਰੋਪਰ ਡਾਕੂਮੈਂਟੇਸ਼ਨ ਨਾਲ ਹੋਈ ਹੋਣੀ ਚਾਹੀਦੀ ਹੈ। ਇਹ ਡਿਪੈਂਡ ਕਰਦਾ ਕਿੰਨੀ ਪੁਰਾਣੀ ਹੋਣੀ ਚਾਹੀਦੀ ਹੈ, ਰੀਸੈਂਟ ਮੈਰਿਜ ਚੱਲੇ। ਜਿੱਦਾਂ ਅਗਰ ਘੱਟੋ ਘੱਟ ਆਪਣਾ 6 ਤੋਂ 8 ਮਹੀਨੇ ਪੁਰਾਣੀ ਅਗਰ ਮੈਰਿਜ ਹੋਵੇ ਤਾਂ ਜ਼ਿਆਦਾ ਬੈਟਰ ਰਹੇਗਾ। ਜਿੱਦਾਂ ਕਿ ਅਸੀਂ ਜਾਣਦੇ ਹਾਂ ਕਿ ਪੰਜਾਬ ਦੇ ਵਿੱਚ ਮੈਰਿਜਸ ਦਾ ਰਿਵਾਜ, ਕੰਟਰੈਕਟ ਮੈਰਿਜਸ ਦਾ ਰਿਵਾਜ ਬਹੁਤ ਜ਼ਿਆਦਾ ਹੈ। ਠੀਕ ਹੈ, ਅਗਰ ਕੰਟਰੈਕਟ ਮੈਰਿਜ ਆ ਔਰ ਪੇਪਰ ਪੂਰੇ ਨਹੀਂ ਆ ਤਾਂ ਕੇਸ ਦੇ ਵਿੱਚ ਪ੍ਰੋਬਲਮਸ ਹੋ ਸਕਦੀਆਂ ਨੇ। ਠੀਕ ਹੈ, ਅਤੇ ਅਗਰ ਨਾ ਡਾਕੂਮੈਂਟੇਸ਼ਨ ਪੂਰੀ ਹੋਵੇ, ਜਿੱਦਾਂ ਮੈਰਿਜ ਐਲਬਮ ਅਗਰ ਪ੍ਰੋਪਰਲੀ ਬਣੀ ਹੋਵੇ, ਜਿਹੜੇ ਰੀਚੁਅਲਸ ਨੇ ਸਾਡੇ ਜਿਹੜੇ ਰੀਤੀ ਰਿਵਾਜ਼ ਨੇ ਪੰਜਾਬੀ ਮੈਰਿਜਸ ਦੇ ਅਗਰ ਫੋਲੋ ਕੀਤੇ ਜਾਣ ਤਾਂ ਆਰਾਮ ਨਾਲ ਵੀਜ਼ਾ ਮਿਲ ਜਾਂਦਾ, ਕੋਈ ਉਹਦੇ 'ਚ ਪ੍ਰੋਬਲਮ ਨਹੀਂ ਆਉਂਦੀ ਜੀ। ਕੁਆਲੀਫਿਕੇਸ਼ਨ ਮੈਟਰ ਨਹੀਂ ਕਰਦੀ ਚਾਹੇ ਉਹ 10ਵੀਂ ਪਾਸ ਹੋਵੇ ਜਾਂ ਪਲੱਸ 2 ਹੋਵੇ। ਸੋ ਜੇ ਕੁਆਲੀਫਿਕੇਸ਼ਨ ਨਹੀਂ ਮੈਟਰ ਕਰਦੀ ਤਾਂ ਆਇਲਸ ਵੀ ਸ਼ਾਇਦ ਮੈਟਰ ਨਹੀਂ ਕਰਦੀ ਹੋਵੇ? ਬਿਲਕੁਲ, ਆਇਲਸ ਵੀ ਇਸ ਦੇ ਵਿੱਚ ਲੋੜ ਨਹੀਂ ਹੁੰਦੀ ਹੈਗੀ ਔਰ ਆਇਲਸ ਦੀ ਬਿਲਕੁਲ ਵੀ ਲੋੜ ਨਹੀਂ ਹੈ ਸਪਾਊਸ ਦੇ ਲਈ। ਫਿਰ ਜਦੋਂ ਫਿਰ ਡਿਪੈਂਡੈਂਟ ਇੱਥੋਂ ਜਾਏਗਾ ਪੰਜਾਬ ਤੋਂ ਕੈਨੇਡਾ ਜਾਏਗਾ, ਸੋ ਉੱਥੇ ਉਹਨੂੰ ਕਮਿਊਨੀਕੇਸ਼ਨ ਪ੍ਰੋਬਲਮ ਨਹੀਂ ਆਏਗੀ? ਜਦੋਂ ਗੱਲਬਾਤ ਕਰਨੀ ਹੈ ਲੋਕਾਂ ਦੇ ਨਾਲ ਵਰਕ ਪਰਮਿਟ ਦੇ ਉੱਤੇ, ਜੋ ਜਾਊ ਕੰਮ ਕਰੂਗਾ ਉੱਥੇ, ਫਿਰ ਕਿਵੇਂ ਸਰਵਾਈਵ ਕਰ ਸਕਦਾ ਬੰਦਾ? ਬਿਲਕੁਲ, ਇਸ ਚੀਜ਼ ਦੀ ਪ੍ਰੋਬਲਮ ਤਾਂ ਜ਼ਰੂਰ ਆਏਗੀ। ਇਸ ਲਈ ਆਪਣਾ ਸਪਾਊਸ ਔਰ ਕੋਈ ਇੰਗਲਿਸ਼ ਸਪੀਕਿੰਗ ਦਾ ਕੋਰਸ ਕਰ ਲਵੇ ਔਰ ਪਹਿਲਾਂ ਆਪਣੀ ਕਮਿਊਨੀਕੇਸ਼ਨ ਸਕਿੱਲਸ ਅਗਰ ਇੰਪਰੂਵ ਕਰ ਲਏ ਤਾਂ ਉਹਨੂੰ ਉੱਥੇ ਜੋਬਸ ਹੀ ਜਾ ਕੇ ਕੋਈ ਵੀ ਪ੍ਰੋਬਲਮ ਨਹੀਂ ਆਏਗੀ ਜੀ। ਔਰ ਜਦੋਂ ਬੱਚੇ ਨੇ ਕੈਨੇਡਾ ਦੇ ਵਿੱਚ ਪਹੁੰਚ ਕੇ, ਤੁਸੀਂ ਕਿਹਾ ਕਿ 6 ਮਹੀਨੇ ਸਟੱਡੀ ਕਰ ਲਈ ਬੱਚੇ ਨੇ, ਉਸ ਤੋਂ ਬਾਅਦ ਆਪਣੇ ਜਿਹੜੇ ਸਪਾਊਸ ਨੂੰ ਉੱਥੋਂ ਬੁਲਾ ਸਕਦਾ। ਸੋ ਜਿਹਨੇ ਕੈਨੇਡਾ ਵਿੱਚ ਬੈਠ ਕੇ ਸਪਾਊਸ ਨੂੰ ਇਨਵੀਟੇਸ਼ਨ ਭੇਜਣੀ ਹੈ, ਉਹਦੇ ਲਈ ਕੀ ਰਿਕੁਆਇਰਮੈਂਟ ਰਹਿਣਗੀਆਂ, ਕਿਹੜੀ ਕਿਹੜੀ ਸ਼ਰਤਾਂ ਉਹਨੂੰ ਉੱਥੇ ਪੂਰੀਆਂ ਕਰਨੀਆਂ ਪੈਣਗੀਆਂ? ਕਿ ਕਾਲਜ ਵੱਲੋਂ ਕੋਈ ਪਰਮਿਸ਼ਨ ਚਾਹੀਦੀ ਹੋਵੇਗੀ ਬਿਲਕੁਲ, ਜਾਂ ਉੱਥੇ ਕੋਈ ਅੰਬੈਸੀ ਵੱਲੋਂ ਜਾਂ ਕੈਨੇਡਾ ਗਵਰਨਮੈਂਟ ਵੱਲੋਂ ਕੋਈ ਪਰਮਿਸ਼ਨ ਚਾਹੀਦੀ ਹੋਵੇਗੀ ਉਹਨਾਂ ਨੂੰ? ਉਹਨਾਂ ਨੂੰ ਬੇਸਿਕਲੀ ਕਾਲਜ ਵੱਲੋਂ ਸਾਨੂੰ ਇੱਕ ਲੈਟਰ ਚਾਹੀਦਾ ਕਿ ਉੱਥੇ ਆਪਣਾ ਸਟੱਡੀ ਕਰਦੇ ਨੇ, ਅਤੇ ਨਾਲ ਉਹਨਾਂ ਦਾ ਸਟੱਡੀ ਪਰਮਿਟ ਦੀ ਕਾਪੀ ਚਾਹੀਦੀ ਹੈ, ਉਹਨਾਂ ਦੇ ਵੀਜ਼ਾ ਦੀ ਕਾਪੀ ਚਾਹੀਦੀ ਹੈ, ਅਤੇ
ਜਿੰਨੀ ਦੇਰ ਦਾ ਸਟੂਡੈਂਟ ਨੂੰ ਵੀਜ਼ਾ ਮਿਲੇਗਾ ਉਨੀ ਦੇਰ ਦਾ ਹੀ ਉਹਨੂੰ ਵੀਜ਼ਾ ਮਿਲੇਗਾ। ਅਗਰ ਮੰਨ ਲਓ ਕੱਲ੍ਹ ਨੂੰ ਸਟੂਡੈਂਟ ਦੀ ਸਟੱਡੀ ਖਤਮ ਹੋ ਜਾਂਦੀ ਹੈ ਔਰ ਜਿਹੜਾ ਸਟੂਡੈਂਟ ਹੈ ਉਹ ਅੱਗੇ ਆਪਣਾ ਵਰਕ ਪਰਮਿਟ ਦੇ ਲਈ 3 ਸਾਲ ਦੇ ਵਰਕ ਪਰਮਿਟ ਦੇ ਲਈ, ਜਿੱਦਾਂ ਕੈਨੇਡਾ 2 ਸਾਲ ਦੀ ਸਟੱਡੀ ਤੋਂ ਬਾਅਦ 3 ਸਾਲ ਦਾ ਵਰਕ ਪਰਮਿਟ ਦਿੰਦਾ ਔਰ ਉਹ ਸਪਾਊਸ ਨੂੰ ਵੀ ਸੇਮ ਵੀਜ਼ਾ ਹੀ ਅਪਡੇਟ ਹੋ ਜਾਏਗਾ ਉਹਦੇ ਨਾਲ ਹੀ ਔਰ ਉਹਦੇ ਨਾਲ ਉਹ ਰਹਿ ਸਕਦਾ ਬਿਲਕੁਲ ਜੀ। ਸੋ ਇੱਕ ਵਾਰ ਫਿਰ ਦੱਸ ਦਿਓ ਜਿਹੜੇ ਦਰਸ਼ਕ ਸਾਡੇ ਨਾਲ ਹੁਣ ਜੁੜੇ ਨੇ ਫਿਊਚਰ ਓਵਰਸੀਜ਼ ਐਜੂਕੇਸ਼ਨ ਤੋਂ, ਅੱਜ ਸਾਡੇ ਨਾਲ ਇਸ ਮੰਚ 'ਤੇ ਗੱਲਬਾਤ ਕਰ ਰਹੇ ਨੇ ਦਿਵੇਸ਼ ਖੰਨਾ ਜੀ। ਸੋ ਬਹੁਤ ਸਾਰੀ ਗੱਲਾਂ ਸੁਣੀਆਂ ਸੀ ਮਾਰਕੀਟ ਦੇ ਵਿੱਚ ਕਿ ਕੈਨੇਡਾ ਦੇ ਵਿੱਚ ਕੋਈ ਕਹਿੰਦਾ ਸਪਾਊਸ ਜਾਂਦਾ ਹੈ, ਕੋਈ ਕਹਿੰਦਾ ਸਪਾਊਸ ਨਹੀਂ ਜਾਂਦਾ। ਸੋ ਇੱਕ ਨਵੀਂ ਚੀਜ਼ ਅੱਜ ਸਾਹਮਣੇ ਆਈ ਹੈ, ਸੁਣਨ ਵਾਲੇ ਦਰਸ਼ਕਾਂ ਨੂੰ ਦੱਸ ਦਈਏ ਕਿ ਕੈਨੇਡਾ ਦੇ ਵਿੱਚ ਓਪਨ ਵਰਕ ਪਰਮਿਟ 'ਤੇ ਜਿਹੜਾ ਤੁਹਾਡਾ ਡਿਪੈਂਡੈਂਟ ਹੈ ਤੁਸੀਂ ਉਸਨੂੰ ਬੁਲਾ ਸਕਦੇ ਹੋ। ਤੁਸੀਂ ਕੈਨੇਡਾ ਵਿੱਚ ਸਟੱਡੀ ਕਰ ਰਹੇ ਹੋ, ਕੈਨੇਡਾ ਸਟੱਡੀ ਕਰਦਿਆਂ ਨੂੰ 6 ਮਹੀਨੇ ਹੋ ਗਏ, ਸਟੱਡੀ ਤੁਸੀਂ 1 ਸਮੈਸਟਰ ਕੰਪਲੀਟ ਕਰ ਲਿਆ, ਤੁਹਾਡਾ ਸਪਾਊਸ ਜਿਹੜਾ ਹੈ ਚਾਹੇ ਉਹ ਲੜਕੀ ਹੈ ਚਾਹੇ ਲੜਕਾ ਹੈ ਜਾਂ ਮੇਨ ਐਪਲੀਕੈਂਟ, ਅਗਰ ਲੜਕਾ ਕੈਨੇਡਾ ਵਿੱਚ ਪੜ੍ਹ ਰਿਹਾ ਆਪਣੀ ਸਪਾਊਸ ਲੜਕੀ ਜਿਹੜੀ ਵਾਈਫ ਆ ਉਹਨੂੰ ਅਗਰ ਇੱਥੋਂ ਬੁਲਾਉਣਾ ਚਾਹੁੰਦਾ ਜਾਂ ਮੇਨ ਐਪਲੀਕੈਂਟ ਲੜਕੀ ਅਗਰ ਕੈਨੇਡਾ ਵਿੱਚ ਪੜ੍ਹਦੀ ਹੈ ਆਪਣੇ ਸਪਾਊਸ ਡਿਪੈਂਡੈਂਟ ਨੂੰ ਲੜਕੇ ਨੂੰ ਇੱਥੋਂ ਬੁਲਾਉਣਾ ਚਾਹੁੰਦੀ ਹੈ ਤਾਂ 6 ਮਹੀਨੇ ਦੀ ਪੜ੍ਹਾਈ ਕੈਨੇਡਾ ਵਿੱਚ ਪੂਰੀ ਹੋਣੀ ਬਹੁਤ ਜ਼ਰੂਰੀ ਹੈ। 6 ਮਹੀਨੇ ਸਮੈਸਟਰ ਕੰਪਲੀਟ ਕਰਨ ਤੋਂ ਬਾਅਦ ਆਪਣੇ ਡਿਪੈਂਡੈਂਟ ਨੂੰ ਇੱਥੋਂ ਪੰਜਾਬ ਤੋਂ ਬੁਲਾਇਆ ਜਾ ਸਕਦਾ, ਓਪਨ ਵਰਕ ਪਰਮਿਟ 'ਤੇ ਜਿਹੜੇ ਤੁਹਾਨੂੰ ਉਹ ਕੈਨੇਡਾ ਦੇ ਵਿੱਚ ਐਂਟਰੀ ਮਿਲੇਗੀ, ਤੁਸੀਂ ਉੱਥੇ ਫੁੱਲ ਟਾਈਮ ਵਰਕ ਕਰ ਸਕਦੇ ਹੋ। ਫੁੱਲ ਟਾਈਮ ਵਰਕ ਕਰਨ ਤੋਂ ਨਾਲ ਨਾਲ ਤੁਹਾਨੂੰ ਵੀਜ਼ਾ ਉਹਨੇ ਚਿਰ ਦਾ ਗ੍ਰਾਂਟ ਹੋਏਗਾ ਜਿੰਨਾ ਤੁਹਾਡਾ ਮੇਨ ਐਪਲੀਕੈਂਟ ਯਾਨੀ ਜਿਹੜਾ ਸਪਾਊਸ ਆ, ਜਿਹੜਾ ਸਟੂਡੈਂਟ ਹੈ ਜਿਹੜਾ ਕੈਨੇਡਾ ਵਿੱਚ ਬੈਠਾ ਹੈ, ਜਿੰਨਾ ਸਟੂਡੈਂਟ ਦਾ ਵੀਜ਼ਾ ਹੈ ਤੁਹਾਨੂੰ ਵੀ ਜਿਹੜਾ ਸਪਾਊਸ ਆ ਉਨਾ ਹੀ ਵੀਜ਼ਾ ਗ੍ਰਾਂਟ ਹੋਏਗਾ। ਸੋ ਇੱਕ ਸਹੀ ਕੰਸਲਟੈਂਟ ਦੀ ਭਾਲ ਵਿੱਚ ਸੀ ਆਪਣੇ ਬੱਚਿਆਂ ਨੂੰ ਮਿਲਾਉਣਾ ਚਾਹੁੰਦੇ ਹੋ, ਤੁਹਾਡਾ ਮੇਨ ਐਪਲੀਕੈਂਟ ਜਿਹੜਾ ਕੈਨੇਡਾ ਵਿੱਚ ਬੈਠਾ ਹੈ ਬਟ ਡਿਪੈਂਡੈਂਟ ਜਿਹੜਾ ਪੰਜਾਬ ਵਿੱਚ ਬੈਠਾ ਹੈ ਉਹਨੂੰ ਵੀਜ਼ਾ ਨਹੀਂ ਮਿਲ ਰਿਹਾ, ਤਾਂ ਫਿਊਚਰ ਓਵਰਸੀਜ਼ ਐਜੂਕੇਸ਼ਨ ਤੋਂ ਜਿਹੜੇ ਵੀਜ਼ਾ ਐਕਸਪਰਟ ਹੈ ਦਿਵੇਸ਼ ਕਰਨਾ, ਇਹਨਾਂ ਨੂੰ ਤੁਸੀਂ ਲੁਧਿਆਣਾ ਆਫਿਸ ਵਿੱਚ ਮਿਲ ਸਕਦੇ ਹੋ ਜਾਂ ਜਗਰਾਓਂ ਆਫਿਸ ਵਿੱਚ ਮਿਲ ਸਕਦੇ ਹੋ। ਪੰਜਾਬ ਦੇ ਵਿੱਚ 2 ਸ਼ਹਿਰਾਂ ਵਿੱਚ ਦਫ਼ਤਰ ਨੇ ਜਿੱਥੇ ਮਿਲ ਕੇ ਤੁਸੀਂ ਜਾਣਕਾਰੀ ਹਾਸਲ ਕਰ ਸਕਦੇ ਹੋ ਕਿ ਕਿਵੇਂ ਤੁਸੀਂ ਜਿਹੜਾ ਡਿਪੈਂਡੈਂਟ ਨੂੰ ਕੈਨੇਡਾ ਭੇਜ ਸਕਦੇ ਹੋ ਓਪਨ ਵਰਕ ਪਰਮਿਟ 'ਤੇ। ਸੋ ਦਿਵੇਸ਼ ਜੀ, ਫਾਰਮੈਲਿਟੀਜ਼ ਕਿੰਨੀਆਂ ਕੁ ਰਹਿਣਗੀਆਂ ਜਿਹੜੇ ਸਪਾਊਸ ਪੰਜਾਬ ਦੇ ਵਿੱਚ ਬੈਠਾ ਹੈ ਡਿਪੈਂਡੈਂਟ ਜਿਹਨੂੰ ਆਪਾਂ ਕਹਿੰਦੇ ਹਾਂ, ਇਹਨੇ ਕੈਨੇਡਾ ਭੇਜਣਾ, ਇਹਦੇ ਲਈ ਜਿਹੜੀਆਂ ਉਹ ਰਿਕੁਆਇਰਮੈਂਟਸ ਕੀ ਰਹਿਣਗੀਆਂ? ਦੂਸਰਾ ਸਵਾਲ, ਸਪਾਊਸ ਵੀਜ਼ੇ 'ਤੇ ਕੈਨੇਡਾ ਭੇਜਣ ਦੇ ਨਾਮ 'ਤੇ 20-25-30 ਲੱਖ 50 ਲੱਖ ਰੁਪਏ ਦੀ ਡਿਮਾਂਡ ਕੀਤੀ ਜਾ ਰਹੀ ਪੰਜਾਬ ਦੇ ਵਿੱਚ ਬਹੁਤ ਸਾਰੇ ਕੰਸਲਟੈਂਟਸ ਵੱਲੋਂ, ਸੋ ਕੀ ਐਕਚੁਅਲ ਦੇ ਵਿੱਚ ਇੰਨਾ ਖਰਚਾ ਹੈਗਾ? ਨਹੀਂ ਜੀ, ਬਿਲਕੁਲ ਵੀ ਇੰਨਾ ਕੋਈ ਖਰਚਾ ਨਹੀਂ ਹੈ। ਇਹਦੇ ਵਿੱਚ ਜਿਹੜੀ ਅੰਬੈਸੀ ਫੀਸ ਹੈ ਉਹ ਹੈ $255 ਕੈਨੇਡੀਅਨ, ਯਾਨੀ ਅਪਰੋਕਸੀਮੇਟਲੀ 13 ਤੋਂ ਲੈ ਕੇ 14,000 ਰੁਪਏ ਅੰਬੈਸੀ ਫੀਸ ਲੱਗਦੀ ਹੈ ਔਰ ਬਾਕੀ ਪ੍ਰੋਸੈਸਿੰਗ ਚਾਰਜਿਸ ਜੋ ਵੀ ਏਜੰਟਸ ਆਪਣਾ ਇਹਦੇ 'ਚ ਲੈ ਰਹੇ ਨੇ ਉਹ ਪ੍ਰੋਸੈਸਿੰਗ ਚਾਰਜਿਸ ਹੋਏਗੀ ਜੋ ਕਿ ਮਿਨੀਮਮ ਹੈ ਔਰ ਅਸੀਂ ਆਪਣਾ ਥੋੜ੍ਹੀ ਜਿਹੀ ਮਿਨੀਮਮ ਫੀਸ ਲੈ ਕੇ ਬਾਕੀ ਪ੍ਰੋਸੈਸਿੰਗ ਫੀਸ ਲੈ ਕੇ ਬਾਕੀ ਅਸੀਂ ਸਾਰੀ ਫੀਸ ਆਪਣਾ ਵੀਜ਼ਾ ਲੱਗਣ ਤੋਂ ਬਾਅਦ ਲਵਾਂਗੇ। ਔਰ ਜਿਹੜਾ ਕਿ ਸਵਾਲ ਹੈ ਡਾਕੂਮੈਂਟੇਸ਼ਨ ਦਾ, ਇਹਦੇ 'ਚ ਕਾਫੀ ਪ੍ਰੈਜੈਂਟੇਸ਼ਨ ਦਾ ਕੰਮ ਹੁੰਦਾ ਕਿਉਂਕਿ ਜਿਹੜੀ ਮੈਰਿਜ ਹੈ ਉਹਨੂੰ ਪ੍ਰੋਪਰ ਅਸੀਂ ਕਿਸ ਤਰੀਕੇ ਨਾਲ ਦਿਖਾਉਣਾ ਹੈ ਕਿਉਂਕਿ ਓਬਵੀਅਸਲੀ ਮੈਰਿਜ ਦੇ ਵਿੱਚ ਬਹੁਤ ਸਾਰੀ ਫੋਟੋਜ਼ ਕੀਤੀਆਂ ਜਾਂਦੀਆਂ ਨੇ, ਵੀਡੀਓਜ਼ ਕੀਤੀਆਂ ਜਾਂਦੀਆਂ ਨੇ, ਅਸੀਂ ਕਿਹੜੀ ਫੋਟੋਜ਼ ਨੂੰ ਅਸੀਂ ਯੂਜ਼ ਕਰਨਾ ਕੇਸ ਦੇ ਲਈ ਉਹ ਅਸੀਂ ਖੁਦ ਅਸੀਂ ਚੈੱਕ ਕਰਾਂਗੇ, ਉਹਦੇ ਨਾਲ ਹੀ ਅਸੀਂ ਫਾਈਲ ਅਸੀਂ ਕਰਾਂਗੇ ਜੀ। ਸੋ ਇਹ ਜਿਹੜਾ ਡਿਪੈਂਡੈਂਟ ਪੰਜਾਬ ਦੇ ਵਿੱਚ ਬੈਠਾ ਹੈ ਆਪਣੇ ਮੇਨ ਐਪਲੀਕੈਂਟ ਦੇ ਕੋਲ ਪਹੁੰਚਣਾ, ਫਾਈਲ ਪ੍ਰੋਸੈਸਿੰਗ ਟਾਈਮ ਕਿੰਨਾ ਕੁ ਲੱਗ ਜਾਏਗਾ? ਇਹਦੇ 'ਚ ਘੱਟੋ ਘੱਟ 3 ਤੋਂ 4 ਮਹੀਨੇ ਦਾ ਪ੍ਰੋਸੈਸ ਹੈ ਔਰ ਮਾਈਟ ਬੀ ਇਹਦੇ 'ਚ ਇੰਟਰਵਿਊ ਵੀ ਆ ਸਕਦੀ ਹੈ ਕੈਨੇਡੀਅਨ ਅੰਬੈਸੀ ਵੱਲੋਂ ਕਿਉਂਕਿ ਕਦੇ ਕਦੇ ਕੀ ਹੁੰਦਾ ਕਿ ਡਾਕੂਮੈਂਟੇਸ਼ਨ ਪ੍ਰੋਪਰ ਨਹੀਂ ਹੁੰਦੀ, ਇਸੇ ਕਰਕੇ ਅਸੀਂ ਡਾਕੂਮੈਂਟੇਸ਼ਨ ਨੂੰ ਬਹੁਤ ਧਿਆਨ ਦੇ ਨਾਲ ਲੈ ਕੇ ਚੱਲਦੇ ਹਾਂ ਕਿਉਂਕਿ ਜਦੋਂ ਇੰਟਰਵਿਊ ਆ ਜਾਂਦੀ ਹੈ ਅੰਬੈਸੀ 'ਤੇ ਤਾਂ ਵੀਜ਼ਾ ਅਫਸਰ ਦਾ ਹੁੰਦਾ ਮਨ ਕਿ ਥੋੜ੍ਹਾ ਕਨਫਿਊਜ਼ ਵੀ ਕੀਤਾ ਜਾ ਸਕਦਾ, ਇਸ ਕਰਕੇ ਅਗਰ ਡਾਕੂਮੈਂਟੇਸ਼ਨ ਤੁਹਾਡੀ ਪ੍ਰੋਪਰ ਹੋਏਗੀ ਤਾਂ ਤੁਹਾਨੂੰ ਕੋਈ ਵੀ ਪ੍ਰੋਬਲਮ ਨਹੀਂ ਆਏਗੀ ਜੀ। ਇੰਟਰਵਿਊ ਦੇ ਵੀ ਵੀਜ਼ਾ ਅਪਰੂਵਲ ਚਾਂਸਸ ਕਿੰਨੇ ਰਹਿਣਗੇ ਦੇ ਵਿੱਚ? ਵੀਜ਼ਾ ਅਪਰੂਵਲ ਜਿਹੜਾ ਹੈ ਕਿ ਬਹੁਤ ਅੱਛਾ ਸਕਸੈਸ ਰੇਟ ਚੱਲ ਰਿਹਾ ਜੀ ਅੱਜ ਦੀ ਡੇਟ ਦੇ ਵਿੱਚ ਇਹਦਾ ਔਰ ਅੰਬੈਸੀ ਵੱਲੋਂ ਹੀ ਇਹ ਕੰਡੀਸ਼ਨ ਆਪਣਾ ਦਿੱਤੀਆਂ ਗਈਆਂ ਨੇ ਕਿ ਤੁਸੀਂ ਅਪਲਾਈ ਕਰੋ ਔਰ ਤੁਹਾਨੂੰ ਵੀਜ਼ਾ ਦਿੱਤਾ ਜਾਏਗਾ। ਬਾਕੀ ਜਿਹੜਾ ਕੰਮ ਹੈ ਤੁਹਾਡੀ ਡਾਕੂਮੈਂਟੇਸ਼ਨ ਦਾ ਅਤੇ ਪ੍ਰੈਜੈਂਟੇਸ਼ਨ ਦਾ ਰਹੇਗਾ, ਜਿੰਨੇ ਤੁਹਾਡੇ ਡਾਕੂਮੈਂਟ ਜੈਨੂਅਨ ਹੋਣਗੇ ਉਹਨਾਂ ਤੁਹਾਡਾ ਵੀਜ਼ਾ ਸਕਸੈਸ ਰੇਟ ਜ਼ਿਆਦਾ ਰਹੇਗਾ ਜੀ। ਜੀ, ਸੋ ਇੱਕ ਚੀਜ਼ ਤੁਸੀਂ ਇੱਥੇ ਸਾਨੂੰ ਕਲੀਅਰ ਕੀਤੀ ਸੀ ਪ੍ਰੋਗਰਾਮ ਦੇ ਆਗਾਜ਼ ਦੇ ਵਿੱਚ ਕਿ ਮੇਨ ਐਪਲੀਕੈਂਟ ਜਦੋਂ ਕੈਨੇਡਾ ਪਹੁੰਚੇਗਾ ਸਟੱਡੀ ਕਰੇਗਾ, ਸਮੈਸਟਰ ਸਟੱਡੀ ਕੰਪਲੀਟ ਕਰਨ ਤੋਂ ਬਾਅਦ ਆਪਣੇ ਹਸਬੈਂਡ ਨੂੰ ਜਾਂ ਵਾਈਫ ਨੂੰ ਡਿਪੈਂਡੈਂਟ ਨੂੰ ਇੱਥੋਂ ਓਪਨ ਵਰਕ ਪਰਮਿਟ 'ਤੇ ਬੁਲਾ ਸਕਦਾ ਹੈ। ਬਹੁਤ ਸਾਰੇ ਪੰਜਾਬ ਦੇ ਕੰਸਲਟੈਂਟ ਇਹੋ ਜਿਹੇ ਨੇ ਜਿਹੜੇ ਇਸ ਚੀਜ਼ ਨੂੰ ਕਲੇਮ ਕਰ ਰਹੇ ਨੇ ਕਿ ਹਸਬੈਂਡ ਵਾਈਫ ਦੋਵੇਂ ਇਕੱਠੇ ਜਾਣਗੇ ਇੱਥੋਂ, ਸੋ ਕੀ ਪੋਸੀਬਿਲਿਟੀ ਹੈ ਦੋਵਾਂ ਦੀ? ਦੇਖੋ ਜੀ, ਪੋਸੀਬਿਲਿਟੀ ਹੈ ਇਹਦੇ ਵਿੱਚ ਕਿ ਆਪਣਾ ਹਸਬੈਂਡ ਵਾਈਫ ਆਪਣਾ ਇਕੱਠੇ ਜਾ ਸਕਦੇ ਨੇ, ਬਟ ਅਗਰ ਆਪਣਾ ਹਸਬੈਂਡ ਵਾਈਫ ਤਾਂ ਹੀ ਇਕੱਠੇ ਜਾ ਸਕਦੇ ਨੇ ਅਗਰ ਜਿਹੜਾ ਮੇਨ ਐਪਲੀਕੈਂਟ ਹੈ ਮਾਸਟਰ ਡਿਗਰੀ ਦੇ ਲਈ ਅਪਲਾਈ ਕਰੇ। ਅਗਰ ਮਾਸਟਰ ਡਿਗਰੀ ਲਈ ਕੋਈ ਆਪਣਾ ਐਪਲੀਕੈਂਟ ਮੇਨ ਐਪਲੀਕੈਂਟ ਅਪਲਾਈ ਕਰਦਾ ਉਹਦੇ ਨਾਲ ਸਪਾਊਸ ਜਾ ਸਕਦਾ, ਬਟ ਪੰਜਾਬ ਦੇ ਵਿੱਚ ਕੀ ਹੈ ਥੋੜ੍ਹਾ ਸਕਸੈਸ ਰੇਟ ਦਾ ਥੋੜ੍ਹੇ ਇਸ਼ੂਜ਼ ਚੱਲ ਰਹੇ ਨੇ, ਜਿੱਦਾਂ ਤੁਸੀਂ ਸੁਣਿਆ ਹੋਏਗਾ ਕਿ ਰੈਂਡਮਲੀ ਰਿਜੈਕਸ਼ਨ ਆ ਮਾਰਕੀਟ ਦੇ ਵਿੱਚ ਔਰ ਸਟੂਡੈਂਟ ਵੀਜ਼ਾ ਦੇ ਲਈ, ਠੀਕ ਹੈ, ਕਿਉਂਕਿ ਕਰਾਊਡ ਬਹੁਤ ਜ਼ਿਆਦਾ ਹੋ ਚੁੱਕਾ ਕੈਨੇਡਾ ਲਈ
ਔਰ ਉਸ ਤੋਂ ਬਾਅਦ ਅਸੀਂ ਸਪਾਊਸ ਦਾ ਵੀਜ਼ਾ 6 ਮਹੀਨੇ ਬਾਅਦ ਅਸੀਂ ਅਪਲਾਈ ਕੀਤਾ ਜਾਵੇ ਤਾਂ ਜ਼ਿਆਦਾ ਬੈਟਰ ਰਹਿੰਦਾ, ਜ਼ਿਆਦਾ ਸਕਸੈਸ ਰੇਟ ਜ਼ਿਆਦਾ ਅੱਛਾ ਰਹੇਗਾ ਉਹਦੇ ਲਈ। ਜੀ ਸੋ ਦਿਵੇਸ਼ ਇੱਕ ਆਖਰੀ ਸਵਾਲ, ਸਮਾਂ ਘੱਟ, ਮੇਨ ਐਪਲੀਕੈਂਟ ਕੈਨੇਡਾ ਵਿੱਚ ਆਲਰੇਡੀ ਪੜ੍ਹ ਰਿਹਾ, ਆਪਣੇ ਸਪਾਊਸ ਨੂੰ ਚਾਹੇ ਉਹ ਹਸਬੈਂਡ ਹੈ ਚਾਹੇ ਵਾਈਫ ਹੈ ਪੰਜਾਬ ਦੇ ਵਿੱਚ ਉਹਨੂੰ ਬੁਲਾਉਣਾ ਚਾਹੁੰਦਾ, ਕੁਆਲੀਫਿਕੇਸ਼ਨ ਤੁਸੀਂ ਦੱਸ ਦਿੱਤੀ ਕਿ ਚਾਹੇ 10ਵੀਂ ਪਾਸ ਹੈ ਚਾਹੇ 12ਵੀਂ ਪਾਸ ਹੈ ਚਾਹੇ ਗ੍ਰੈਜੂਏਟ ਹੈ ਚਾਹੇ ਪੋਸਟ ਗ੍ਰੈਜੂਏਟ ਹੈ, ਕੋਈ ਪ੍ਰੋਬਲਮ ਨਹੀਂ, 10ਵੀਂ ਪਾਸ ਵੀ ਐਜ਼ ਏ ਸਪਾਊਸ ਜਾ ਸਕਦਾ, ਆਇਲਸ ਦੀ ਉਹਦੀ ਲੋੜ ਨਹੀਂ ਹੈ, ਇਹ ਵੀ ਗੱਲ ਕਲੀਅਰ ਕਰ ਦਿੱਤੀ ਹੈ। ਬਿਲਕੁਲ। ਕੀ ਜਿਹੜਾ ਪੰਜਾਬ 'ਚ ਡਿਪੈਂਡੈਂਟ ਬੈਠਾ ਹੋਇਆ ਉਹਨੇ ਜਦੋਂ ਕੈਨੇਡਾ ਜਾਣਾ ਆਪਣੇ ਸਪਾਊਸ ਦੇ ਕੋਲ, ਬਿਲਕੁਲ, ਕੀ ਉਹਦੀ ਕੋਈ ਜੋਬ ਪ੍ਰੋਫਾਈਲ ਜ਼ਰੂਰੀ ਹੈ ਜਾਂ ਉਹ ਖੇਤੀਬਾੜੀ ਨਾਲ ਅਗਰ ਸੰਬੰਧਿਤ ਤਾਂ ਵੀ ਜਾ ਸਕਦਾ? ਖੇਤੀਬਾੜੀ ਵੀ ਹੋਵੇ ਜਾਂ ਫਿਰ ਆਪਣਾ ਬਿਜ਼ਨਸ ਵੀ ਕਰਦਾ ਹੋਵੇ ਜਾਂ ਜੋਬ ਵੀ ਕਰਦਾ ਹੋਵੇ, ਉਹਦੇ 'ਚ ਕੋਈ ਪ੍ਰੋਬਲਮ ਨਹੀਂ ਹੈ, ਬਟ ਉਹਦੀ ਡਾਕੂਮੈਂਟੇਸ਼ਨ ਪੂਰੀ ਹੋਣੀ ਚਾਹੀਦੀ ਹੈ। ਜਿੱਦਾਂ ਕੋਈ ਖੇਤੀਬਾੜੀ ਕਰਦੇ ਨੇ, ਓਬਵੀਅਸਲੀ ਫੈਮਿਲੀ ਜਿਹੜੀ ਲੈਂਡ ਹੈ ਉਹ ਫਾਦਰ ਸਾਹਿਬ ਦੇ ਨਾਮ 'ਤੇ ਹੈ, ਪਰ ਬੇਟੇ ਦੇ ਨਾਮ 'ਤੇ ਜੇ ਫਾਰਮਸ ਵੀ ਹੋ ਸਕਦੇ ਨੇ। ਔਰ ਅਗਰ ਕੋਈ ਸਰਵਿਸ ਕਰਦਾ ਤਾਂ ਜਿਹੜਾ ਇੰਪਲੋਇਰ ਹੈ ਉਹਦੇ ਵੱਲੋਂ ਜੋਬ ਦਾ ਸਰਟੀਫਿਕੇਟ ਹੋਵੇ, ਨਾਲ ਇਨਕਮ ਟੈਕਸ ਰਿਟਰਨਸ ਅਗਰ ਭਰੀਆਂ ਹੋਣ ਤਾਂ ਜ਼ਿਆਦਾ ਬੈਟਰ ਹੈ। ਅਗਰ ਕੋਈ ਬਿਜ਼ਨਸ ਕਰਦੇ ਨੇ ਤਾਂ ਉਹਨਾਂ ਦਾ ਬਿਜ਼ਨਸ ਅਕਾਊਂਟ ਹੋਵੇ, ਬਿਜ਼ਨਸ ਦਾ ਪ੍ਰੋਫਾਈਲ ਹੋਵੇ, ਲੈਟਰ ਹੈਡ ਹੋਵੇ, ਵਿਜ਼ਿਟਿੰਗ ਕਾਰਡ ਹੋਵੇ ਤਾਂ ਜ਼ਿਆਦਾ ਬੈਟਰ ਰਹਿੰਦਾ। ਥੋੜ੍ਹੀ ਜਿਹੀ ਸ਼ੋ ਮਨੀ ਵੀ ਕਰਨੀ ਪੈਂਦੀ ਹੈ ਇਹਦੇ ਵਿੱਚ, ਯਾਨੀ ਤਕਰੀਬਨ 4 ਤੋਂ 5 ਲੱਖ ਰੁਪਏ ਪ੍ਰੋਗਰਾਮ ਦੇ ਵਿੱਚ ਫਿਰ ਮਿਲਾਂਗੇ ਬਹੁਤ ਜਲਦ। ਪਰ ਜਾਂਦੀ ਵਾਰ ਇੱਕ ਨੰਬਰ ਇੱਕ ਵਾਰ ਫਿਰ ਤੋਂ ਦੱਸ ਦਿਓ ਦਰਸ਼ਕਾਂ ਨੂੰ, 9644672707 ਇਸ ਨੰਬਰ 'ਤੇ ਕਾਲ ਕਰ ਸਕਦੇ ਹੋ, ਕੋਈ ਵੀ ਜਾਣਕਾਰੀ ਚਾਹੁੰਦੇ ਹੋ। ਤੁਹਾਡਾ ਬੱਚਾ ਜਿਹਦਾ ਵਿਆਹ ਹੋ ਚੁੱਕਾ ਸੀ, ਮੇਨ ਐਪਲੀਕੈਂਟ ਕੈਨੇਡਾ ਦੇ ਵਿੱਚ ਬੈਠਾ ਹੈ ਬਟ ਡਿਪੈਂਡੈਂਟ ਹੈ, ਡਿਪੈਂਡੈਂਟ ਯਾਨੀ ਹਸਬੈਂਡ ਵਾਈਫ 'ਚੋਂ ਇੱਕ ਜਣਾ ਪੰਜਾਬ ਦੇ ਵਿੱਚ ਬੈਠਾ, ਦੂਸਰਾ ਕੈਨੇਡਾ ਦੇ ਵਿੱਚ ਬੈਠਾ ਹੈ, ਦੋਨਾਂ ਨੂੰ ਮਿਲਾਉਣਾ ਚਾਹੁੰਦੇ ਹੋ, ਓਪਨ ਵਰਕ ਪਰਮਿਟ 'ਤੇ ਤੁਸੀਂ ਜਿਹੜੇ ਪੰਜਾਬ ਦੇ ਵਿੱਚ ਕੈਂਡੀਡੇਟ ਬੈਠਾ ਉਹਨੂੰ ਤੁਸੀਂ ਕੈਨੇਡਾ ਦੇ ਵਿੱਚ ਭੇਜ ਸਕਦੇ ਹੋ, ਉਹਦੇ ਹਸਬੈਂਡ ਕੋਲ, ਉਹਦੇ ਵਾਈਫ ਦੇ ਕੋਲ ਇੱਕ ਸਹੀ ਗਾਈਡੈਂਸ ਚਾਹੁੰਦੇ ਹੋ ਤਾਂ ਤੁਸੀਂ ਕਾਲ ਕਰ ਸਕਦੇ ਹੋ 9644672707 ਨੰਬਰ 'ਤੇ। ਇੱਕ ਨੰਬਰ ਹੋਰ ਨੋਟ ਕਰ ਲਓ, 9888867770 ਇਹ ਨੰਬਰ ਟੀ ਵੀ ਸਕਰੀਨ 'ਤੇ ਵੀ ਚੱਲ ਰਹੇ ਨੇ। ਦਿਵੇਸ਼ ਖੰਨਾ ਜੀ ਸਾਡੇ ਨਾਲ ਗੱਲਬਾਤ ਕਰ ਰਹੇ ਸੀ ਫਿਊਚਰ ਓਵਰਸੀਜ਼ ਐਜੂਕੇਸ਼ਨ ਤੋਂ, ਲੁਧਿਆਣਾ ਆਫਿਸ ਵਿੱਚ ਮਿਲ ਸਕਦੇ ਹੋ, ਜਗਰਾਓਂ ਆਫਿਸ ਵਿੱਚ ਮਿਲ ਸਕਦੇ ਹੋ, ਕਾਲ ਕਰਕੇ ਅਪੁਆਇੰਟਮੈਂਟ ਫਿਕਸ ਕਰ ਲਓ। ਤੁਸੀਂ ਕਿਵੇਂ ਆਪਣੇ ਬੱਚਿਆਂ ਨੂੰ ਕੈਨੇਡਾ ਵਿੱਚ ਸਪਾਊਸ ਵੀਜ਼ਾ 'ਤੇ ਭੇਜ ਸਕਦੇ ਹੋ, ਉਸ ਬਾਰੇ ਜਾਣਕਾਰੀ ਹਾਸਲ ਕਰ ਸਕਦੇ। ਦਿਵੇਸ਼ ਜੀ ਕੋਈ ਜਾਂਦੇ ਵਾ ਸੁਨੇਹਾ ਮੈਸੇਜ ਦੇਖਣ ਵਾਲੇ ਦਰਸ਼ਕਾਂ ਨੂੰ ਜਿਹੜੇ ਸਪਾਊਸ ਕੇਸ 'ਤੇ ਕੈਨੇਡਾ ਜਾਣਾ ਚਾਹੁੰਦੇ ਨੇ? ਦੇਖੋ, ਬੇਸਿਕਲੀ ਜਦੋਂ ਵੀ ਤੁਸੀਂ ਸਪਾਊਸ ਦਾ ਆਪਣਾ ਕੇਸ ਲਗਾਉਣਾ ਤਾਂ ਤੁਸੀਂ ਜੈਨੂਇਨ ਡਾਕੂਮੈਂਟੇਸ਼ਨ ਨਾਲ ਹੀ ਲਗਾਓ। ਅਗਰ ਪ੍ਰੋਪਰ ਡਾਕੂਮੈਂਟੇਸ਼ਨ ਤੁਹਾਡੀ ਵੀਜ਼ਾ ਐਪਲੀਕੇਸ਼ਨ 'ਚ ਹੋਏਗੀ ਤਾਂ ਤੁਹਾਡਾ ਵੀਜ਼ਾ ਕਦੇ ਵੀ ਰਿਜੈਕਟ ਨਹੀਂ ਹੋ ਪਾਏਗਾ। ਸਿਰਫ ਡਾਕੂਮੈਂਟੇਸ਼ਨ ਹੀ ਬੜੀ ਜ਼ਰੂਰੀ ਹੈ, ਪ੍ਰੈਜੈਂਟੇਸ਼ਨ ਵੀ ਬਹੁਤ ਜ਼ਰੂਰੀ ਹੈ। ਅਗਰ ਪ੍ਰੈਜੈਂਟੇਸ਼ਨ ਹੋਏਗੀ ਤਾਂ ਉਨੇ ਹੀ ਚਾਂਸ ਘੱਟ ਹੋਣਗੇ ਵੀਜ਼ਾ ਇੰਟਰਵਿਊ 'ਤੇ ਵੀ, ਕਿਉਂਕਿ ਵੀਜ਼ਾ ਇੰਟਰਵਿਊ ਤਾਂ ਹੀ ਕੀਤੀ ਜਾਂਦੀ ਜਦੋਂ ਡਾਕੂਮੈਂਟੇਸ਼ਨ ਪ੍ਰੋਪਰ ਨਹੀਂ ਹੁੰਦੀ। ਅੰਬੈਸੀ ਨੂੰ ਲੱਗਦਾ ਕਿ ਜੈਨੂਇਨ ਮੈਰਿਜ ਨਹੀਂ ਹੈ ਤਾਂ ਇੰਟਰਵਿਊ ਦੇ ਚਾਂਸਿਸ ਹੋ ਜਾਂਦੇ ਨੇ। ਅਸੀਂ ਨਾਲ ਨਾਲ ਇਹਦੇ ਨਾਲ ਇੰਟਰਵਿਊ ਪ੍ਰੈਪਰੇਸ਼ਨ ਵੀ ਅਸੀਂ ਨਾਲ ਅਸੀਂ ਕਰਵਾਉਂਦੇ ਹਾਂ, ਕਿਉਂਕਿ ਕੇਸ ਅਸੀਂ ਜਦੋਂ ਅਸੀਂ ਕਰਨਾ ਤਾਂ ਕੰਪਲੀਟ ਇਨਫੋਰਮੇਸ਼ਨ ਹੋਣੀ ਚਾਹੀਦੀ ਹੈ, ਕਿਉਂਕਿ ਕਦੇ ਕਦੇ ਕੀ ਹੁੰਦਾ ਹੈ ਜੈਨੂਇਨ ਮੈਰਿਜ ਨੂੰ ਚੈੱਕ ਕਰਨ ਦੇ ਲਈ ਅੰਬੈਸੀ ਆਪਣਾ ਘਰ ਤੱਕ ਵੀ ਆ ਕੇ ਕਰੋਸ ਚੈੱਕ ਕਰ ਸਕਦੇ ਕਿ ਮੈਰਿਜ ਹੋਈ ਵੀ ਸੀ ਕਿ ਨਹੀਂ ਹੋਈ ਸੀ। ਇਸ ਕਰਕੇ ਪ੍ਰੋਪਰ ਮੈਰਿਜ ਹੋਣੀ ਚਾਹੀਦੀ ਹੈ ਤਾਂ ਕੇਸ ਆਪਣਾ ਔਥੈਂਟਿਸਿਟੀ ਦੇ ਨਾਲ ਲੱਗ ਸਕਦਾ। ਜੀ ਸੋ ਬਹੁਤ ਨਿੱਕੇ ਨਿੱਕੇ ਗੱਲਾਂ ਧਿਆਨ ਰੱਖਣਾ ਜ਼ਰੂਰੀ ਹੈ ਜੇਕਰ ਤੁਸੀਂ ਕਿਸੇ ਵੀ ਕੰਟਰੀ 'ਤੇ ਸਟੱਡੀ ਵੀਜ਼ਾ ਜਾਂ ਸਪਾਊਸ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਹੋ ਜਾਂ ਟੂਰਿਸਟ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਹੋ। ਸੋ ਫਿਊਚਰ ਓਵਰਸੀਜ਼ ਐਜੂਕੇਸ਼ਨ ਇੱਕ ਵਨ ਸਟੋਪ ਸ਼ੋਪ ਹੈ ਜਿੱਥੇ ਹਰ ਇੱਕ ਕੰਟਰੀ ਦੇ ਸਟੱਡੀ ਵੀਜ਼ਾ ਨਾਲ ਡੀਲ ਕੀਤਾ ਜਾਂਦਾ ਹੈ, ਸਪਾਊਸ ਵੀਜ਼ਾ ਨਾਲ ਡੀਲ ਕੀਤਾ ਜਾਂਦਾ ਹੈ, ਟੂਰਿਸਟ ਇਨਵੈਸਟਰ ਵੀਜ਼ਾ ਦੇ ਨਾਲ ਡੀਲ ਕੀਤਾ ਜਾਂਦਾ ਹੈ। ਸੋ ਅੱਜ ਦੇ ਲਈ ਸ਼ੋਅ ਦੇ ਵਿੱਚ ਇੰਨਾ ਹੀ, ਫਿਲਹਾਲ ਇਜਾਜ਼ਤ ਚਾਹੁੰਦੇ ਹਾਂ, ਕੱਲ ਫਿਰ ਮਿਲਾਂਗੇ ਇਸੇ ਸਮੇਂ ਦੇ ਚੈਨਲ 'ਤੇ ਕੁਝ ਨਵੀਂ ਜਾਣਕਾਰੀ ਦੇ ਨਾਲ। ਦਿਵੇਸ਼ ਜੀ ਬਹੁਤ ਬਹੁਤ ਸ਼ੁਕਰੀਆ ਗੱਲਬਾਤ ਕਰਨ ਲਈ। ਦੋਸਤੋ ਸਤਿ ਸ਼੍ਰੀ ਅਕਾਲ, ਮੇਰਾ ਨਾਮ ਦਿਵੇਸ਼ ਖੰਨਾ ਫਰੋਮ ਫਿਊਚਰ ਓਵਰਸੀਜ਼ ਐਜੂਕੇਸ਼ਨ। ਐਜੂਕੇਸ਼ਨ ਇੱਕ ਬੜੀ ਇੰਪੋਰਟੈਂਟ ਤੁਹਾਡੀ ਲਾਈਫ ਦੇ ਲਈ ਹੈ ਜੋ ਕਿ ਤੁਹਾਡੇ ਨਾਲ ਸਾਰੀ ਉਮਰ ਹੀ ਰਹਿਣੀ ਹੈ, ਚਾਹੇ ਐਜੂਕੇਸ਼ਨ ਇੰਡੀਆ ਤੋਂ ਹੋਵੇ ਚਾਹੇ ਫੋਰਨ ਐਜੂਕੇਸ਼ਨ ਹੋਵੇ। ਫੋਰਨ ਐਜੂਕੇਸ਼ਨ ਦੇ ਲਈ ਜਿਹਨੇ ਤੁਹਾਡਾ ਕਰੀਅਰ ਬਹੁਤ ਹੀ ਆਪਣਾ ਫਾਸਟ ਪੇਸ ਦੇ ਉੱਤੇ ਡੈਵਲਪ ਕਰਵਾਉਣਾ, ਅਗਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਨੂੰ ਪ੍ਰੋਪਰ ਇਨਫੋਰਮੇਸ਼ਨ ਮਿਲੇ ਸਟੂਡੈਂਟ ਵੀਜ਼ਾ ਦੇ ਲਈ ਕਿਸੇ ਵੀ ਕੰਟਰੀ ਦੇ ਲਈ, ਚਾਹੇ ਤੁਸੀਂ ਕੈਨੇਡਾ ਜਾਣਾ ਚਾਹੁੰਦੇ ਹੋ, ਆਸਟ੍ਰੇਲੀਆ ਜਾਣਾ ਚਾਹੁੰਦੇ ਹੋ ਜਾਂ ਨਿਊਜ਼ੀਲੈਂਡ ਜਾਣਾ ਚਾਹੁੰਦੇ ਹੋ ਜਾਂ USA ਜਾਣਾ ਚਾਹੁੰਦੇ ਹੋ, ਤੁਸੀਂ ਸਾਡੇ ਜਗਰਾਓਂ ਔਰ ਲੁਧਿਆਣਾ ਆਫਿਸ ਨੂੰ ਆਪਣਾ ਕੰਟੈਕਟ ਕਰ ਸਕਦੇ ਹੋ। ਔਰ ਵਧੇਰੇ ਜਾਣਕਾਰੀ ਦੇ ਲਈ ਸਾਡੇ ਜਿਹੜੇ ਨੰਬਰਸ ਨੇ ਤੁਸੀਂ ਉਹਨਾਂ ਦੇ ਉੱਤੇ ਕੰਟੈਕਟ ਕਰ ਸਕਦੇ ਹੋ। ਨਾਲ ਹੀ ਤੁਸੀਂ ਵਿਜ਼ਟਰ ਵੀਜ਼ਾ ਦੇ ਲਈ ਆਪਣੇ ਪੇਰੈਂਟਸ ਨੂੰ ਵੀ ਨਾਲ ਲੈ ਕੇ ਜਾ ਸਕਦੇ ਹੋ ਅਤੇ ਆਪਣੇ ਸਪਾਊਸ ਨੂੰ ਵੀ ਕੈਨੇਡਾ ਅਤੇ ਆਸਟ੍ਰੇਲੀਆ ਤੁਸੀਂ ਨਾਲ ਲੈ ਕੇ ਜਾ ਸਕਦੇ ਹੋ। ਅਤੇ ਆਇਲਸ ਅਤੇ PTE ਦੀ ਕੋਚਿੰਗ ਦੇ ਲਈ ਵੀ ਤੁਸੀਂ ਸਾਡੇ ਸੈਂਟਰਸ ਦੇ ਵਿੱਚ ਅਪਰੋਚ ਕਰ ਸਕਦੇ ਹੋ ਤਾਂ ਕਿ ਤੁਹਾਨੂੰ ਪ੍ਰੋਪਰ ਇਨਫੋਰਮੇਸ਼ਨ ਮਿਲ ਸਕੇ ਅਤੇ ਪ੍ਰੋਪਰ ਗਾਈਡੈਂਸ ਤੁਹਾਨੂੰ ਮਿਲ ਸਕੇ। ਥੈਂਕ ਯੂ।